ਚਲੋ ਅੱਲਾ ਖੈਰ ਕਰੇ, ਭੈਣ ਭਰਾ ਫਿਰ ਵੀਡੀਓ ਵੀ ਤੋਂ ਜਣਾ ਵੇਖਣਗੇ ਨਾ, ਜਦੋਂ ਬਣਾਉਣਾ ਸੀਮਟ ਵਾਲਾ ਉਹ ਵੀ ਬਣਾਉਣਾ ਹਜੇ ਤੇ ਸਾਰੇ ਹਜੇ ਸਾਡੀ ਹਰ ਨਵੀਂ ਤਰ੍ਹਾਂ ਵੀਡੀਓ ਤੁਹਾਡੇ ਤੱਕ ਵਾਰ ਵਾਰ ਪਹੁੰਚ ਸਕੇ, ਜਿਸ ਤਰ੍ਹਾਂ ਕਿ ਸਾਡੇ ਭੈਣ ਭਰਾਵਾਂ ਨੂੰ ਪਤਾ ਕਿ ਅਲਹਮਦੁਲਿਲਾ ਅੱਲਾ ਦਾ ਲੱਖ ਲੱਖ ਸ਼ੁਕਰ ਆ, ਸ਼ੁਕਰ ਅੱਲਾ ਪਾਕ ਦੀ ਜ਼ਾਤ ਦਾ ਬੜਾ ਹੀ ਲੱਖ ਲੱਖ ਸ਼ੁਕਰ ਆ ਕਿ ਅਸੀਂ ਫੁੱਲ ਤਿਆਰੀ ਵਿੱਚ ਹਾਂ ਬਣਾਉਣਾ ਬਰਾਮਦਾ। ਅੱਲਾ ਪਾਕ ਸਿੱਧ ਰੱਖੇ ਅਤੇ ਅੱਲਾ ਖਿਆਲ ਰੱਖੇ ਅਤੇ ਸਵੇਰੇ ਇਨਸ਼ਾਅੱਲਾ ਆ ਜਾਣਾ ਮਿਸਤਰੀ ਨੇ ਅਤੇ ਅੱਜ ਅਸੀਂ ਲੱਗ ਰਿਹਾ ਹੋਣਾ ਤੁਹਾਨੂੰ ਕਿ ਜ਼ਰੂਰ ਅਸੀਂ ਕਿਤੇ ਗਏ ਸੀ, ਕੁਛ ਭੈਣ ਭਰਾ ਕਹਿੰਦੇ ਸੈਰ ਬਹੁਤ ਕਰਦੇ ਹੁਣ, ਸੈਰ ਨਹੀਂ ਕਰਦੇ ਅਸੀਂ, ਜਿੱਥੇ ਮਜ਼ਬੂਰੀ ਨੇ ਜਾਣਾ ਪਵੇ ਉੱਥੇ ਜਾਣਾ ਪੈਂਦਾ ਭੈਣ ਭਰਾ। ਅਤੇ ਅੱਜ ਅਸੀਂ ਫਿਆਜ਼ ਭਾਈ ਹੋਣਾ ਦੇ ਘਰ ਉੱਥੇ ਪਰਲੇ ਪਾਸੇ ਮੇਲਾ ਸੀ, ਉੱਥੇ ਗਏ ਸੀਗੇ, ਉੱਥੋਂ ਹੁਣੇ ਹੁਣੇ ਆਏ ਹਾਂ ਅਤੇ ਅੱਜ ਸਾਡੇ ਕੋਲ ਬਹੁਤ ਜ਼ਿਆਦਾ ਕੰਮ ਆ, ਮਤਲਬ ਕਿ ਇੱਟਾਂ ਨੂੰ ਵੀ ਤਰਾਈ ਲਾਉਣੀ ਆ ਅਤੇ ਜਿਹੜੀਆਂ ਦੂਸਰੀਆਂ ਤਰਾਈ ਲਾਉਣੀ, ਅਤੇ ਮਿਸਤਰੀ ਨੇ ਕਿਹਾ ਸੀਗਾ ਕਿ ਨਹਿਰਿਆਂ ਦੇ ਉੱਤੇ ਵੀ ਪਾਣੀ ਪਾਉਣਾ, ਤਰਾਈ ਕਰਨੀ ਅਤੇ ਬਾਕੀ ਲਿਆਉਣਾ ਸਾਨੂੰ ਛੋਟਾ ਬਰੀਕ ਟਿਸੂ ਹੁੰਦਾ ਉਹ ਵੀ ਲਿਆ ਕੇ ਆਉਣਾ, ਉਹ ਹਜੇ ਰਹਿੰਦਾ ਅਤੇ ਸਵੇਰੇ ਸਾਡੇ ਮਿਸਤਰੀ ਨੇ ਹੈਗਾ ਆਉਣਾ ਅਤੇ ਅਸੀਂ ਫੁੱਲ ਤਿਆਰੀ ਕਰਨੀ ਸ਼ਾਮ ਤਾਈਂ ਅਤੇ ਇੱਟਾਂ ਵਾਲਾ ਅੱਡਾ ਵੀ ਬਣਾਉਣਾ ਜਿੱਥੇ ਸੀਮਿੰਟ ਬਜਰੀ ਘੋਲਣੀ ਆ। ਫਿਰ ਉਹ ਦੂਸਰੀ ਲਿਆਂਦੀ, ਮਿਸਤਰੀ ਕਹਿੰਦਾ ਸੀ ਇੱਕ ਟਰਾਲੀ ਰੇਤ ਦੀ ਥੋੜੀ ਹੈ, ਫਿਰ ਦੂਸਰੀ ਵੀ ਲਿਆਂਦੀ ਤੇ ਬਾਕੀ ਹੁਣ ਤਰਾਈ ਲੱਗ ਗਈ। ਮੈਂ 15-20 ਮਿੰਟ ਹੋ ਗਏ ਸੀਗੇ, ਮੈਂ ਨਾ ਅੱਧਾ ਘੰਟਾ ਤੇ ਹੁਣ ਮੈਂ ਲੱਗਾ ਪੈਪ ਪਰਲੇ ਪਾਸੇ ਲਾ ਦੇਣ, ਤੁਸੀਂ ਚਾਹ ਬਣਾ ਲਓ ਤੇ ਮੈਂ ਪੈਪ ਚੂਸਣੀ ਡਿੱਗੀ ਸਾਡੀ ਪਾਣੀ ਲਾਉਣਾ, ਫਿਰ ਮੈਂ ਜਾਣਾ ਅੱਡੇ ਨੂੰ, ਸਹੀ ਤੇ ਚਲੋ ਹੁਣ ਮਿੰਟ ਮਾਰ ਲਓ ਤੇ ਅੱਲਾ ਖੈਰ ਕਰੇ, ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ। ਮਹਿਰਾਨ ਦੀ ਤਰਾਈ ਨਹੀਂ ਕਰਨੀ, ਮਹਿਰਾਨ ਨੂੰ ਪੈਪ ਦਿਓ, ਮਹਿਰਾਨ ਤਰਾਈ ਕਰੇਗਾ, ਚੱਲ ਇੱਦਾਂ ਦੇਖ। ਅੱਛਾ ਜੀ, ਮਾਸ਼ਾਅੱਲਾ ਸਾਡਾ ਮਹਿਰਾਨ ਵੀ ਤੇ ਸੁਭਾਨ ਵੀ ਫੁੱਲ ਟ੍ਰੇਨਡ ਹੋ ਗਿਆ ਤਰਾਈ ਲਾਉਣ ਦੇ, ਬਹੁਤ ਕੰਮ ਕਰਦੇ ਦੋਵੇਂ, ਹਾਂ ਇੱਟਾਂ ਫੜਾਉਣਗੇ ਮਿਸਤਰੀ ਨੂੰ ਤੇ ਅੱਲਾ ਪਾ ਖੈਰ ਰੱਖੇ ਤੇ ਅੱਲਾ ਸਿੱਧ ਰੱਖੇ। ਨਹੀਂ ਨਹੀਂ ਹਰ ਕੰਮ ਦੇ ਵਿੱਚ ਅੱਗੇ ਹੁੰਦੇ ਟਾਈਮ ਨੂੰ, ਮਿਸਤਰੀ ਦੇ ਕੋਲ ਗਰਮੀ ਦੇ ਟਾਈਮ ਨੂੰ ਪਿੱਛੇ ਰੱਖਣਾ ਇਹਨਾਂ ਨੂੰ, ਇੱਥੇ ਜਿਹੜਾ ਨਾ ਚਲੋ ਛਾਂ ਛੂ ਦੇ ਬੰਦੇ ਥੋੜਾ ਬਹੁਤ ਹੈ, ਬਸ ਬਹੁਤ ਇਹ ਸ਼ੌਕ ਸ਼ੌਕ 'ਚ ਹੈ, ਬੜੇ ਠੀਕ ਹੈ, ਧੁੱਪ ਦੇ ਟਾਈਮ ਵੀ ਰੁਕਦੇ ਕੋਈ ਨਹੀਂ, ਇਹਨਾਂ ਨੂੰ ਸ਼ੌਕ ਹੀ ਬੜਾ ਵੀ, ਅਸੀਂ ਨਾ ਸਾਡੇ ਮਿਸਤਰੀ ਲੱਗਣਾ ਅਤੇ ਅਸੀਂ ਨਾ ਕੰਮ ਕਰੀਏ, ਆਪਣੇ ਕਿਚਨ 'ਚ ਆਉਂਦੀ ਹੈ ਅਤੇ ਬਣਾਉਂਦੀ ਹੈ ਚਾਏ ਬਣਾ ਕੇ ਅੱਲਾ ਖੈਰ ਕਰੇ ਆਪਣੇ ਭੈਣਾਂ ਭਰਾਵਾਂ ਨੂੰ ਭੈਣਾਂ ਭਰਾਵਾਂ ਨੂੰ ਦਿੰਦੀ ਹਾਂ ਜੀ, ਬਿਸਮਿਲ੍ਲਾ ਜੀ ਨੇ ਜਿੰਨੀ ਚਾਏ ਪੀਣੀ ਹੋਵੇ ਗਰਮੀ ਜੀ। ਇੱਧਰੋਂ ਪੈਪ ਖੋਲ੍ਹ ਕੇ ਇਹ ਪੀਸ ਜਿਹਾ ਜਿਹੜਾ ਨਾ ਇਹ ਥੋੜ੍ਹਾ ਉਹ ਕੀ ਕਹਿੰਦੇ ਉਹ ਬਾਕੀ ਪੈਪ ਹੈਗਾ ਹਾਰਡ ਸਖਤ ਹੈ ਅਤੇ ਇਹ ਥੋੜ੍ਹਾ ਜਿਹਾ ਹੈਗਾ ਸੋਫਟ ਨਰਮ ਅਤੇ ਇਹਨੂੰ ਫਿਰ ਅੱਗੇ ਲਾ ਕੇ ਤਰਾਈ ਕਰਨੀ ਫਿਰ ਸੌਖੀ ਹੋ ਜਾਂਦੀ ਹੈ ਅਤੇ
ਮੈਂ ਹੁਣ ਮੋਬਾਈਲ ਚਾਰੇ 'ਤੇ ਲਾਉਣ ਲੱਗੀ ਤਾਂ ਤੁਸੀਂ ਆਪਣਾ ਕੰਮ ਜਾਰੀ ਰੱਖੋ ਅਤੇ ਬੂਟਿਆਂ ਨੂੰ ਵੀ ਪਾਣੀ ਪਿਆਉਣਾ। ਠੀਕ ਹੋ ਗਿਆ, ਮੈਂ ਚਾਰੇ 'ਚ ਫੜ ਲਿਆ ਵਾਂ, ਚਾਰੇ 'ਚ ਲਿਆ ਕੇ ਮੋਬਾਈਲ ਲਾ ਦੇਵਾਂ, ਬੈਟਰੀ ਲੋਅ ਆ ਅਤੇ ਫਿਰ ਅਗਲਾ ਵਲੋਗ ਬਣਾਉਣਾ ਥੋੜ੍ਹਾ ਔਖਾ ਹੋ ਜਾਣਾ। ਅੱਛਾ ਜੀ, ਚਾਰੇ 'ਚ ਇੱਥੇ ਹੁਣ ਇੱਥੇ ਚਾਰੇ 'ਤੇ ਕੋਈ ਨਹੀਂ, ਕਮਰੇ 'ਚ ਇੱਥੇ ਤਾਂ ਕੋਈ ਨਹੀਂ ਚਾਰੇ। ਅੱਛਾ ਜੀ, ਪੰਖਾ ਚੱਲਣ ਡਿਆ, ਬੱਚੇ ਸੌਂ ਕੇ ਉੱਠ ਕੇ ਚਲੇ ਗਏ ਇੱਥੋਂ, ਚਾਰੇ ਪਤਾ ਜੀ ਹੁਣ ਘਰ ਹੋਏਗਾ। ਉੱਧਰ ਦੇਖ ਕੇ ਆਵਾਂ ਪੁਰਾਣੇ ਕਮਰੀ, ਚਾਏ ਚਾਏ ਪੀ ਕੇ ਅਤੇ ਹੁਣ ਫਿਰ ਅਸੀਂ ਆ ਗਏ ਹਾਂ ਵਾਪਸ ਸਪਰੇ ਨੂੰ ਘਰ। ਇਹਦੇ ਪਾਪਾ ਆਹ ਦਾੜਿਆਂ ਨੂੰ ਲਾਉਣ ਡੇ ਸੀ, ਤਰਾਈ 'ਤੇ ਥੱਲੇ ਐਰਾ ਰੱਖਿਆ ਹੋਇਆ ਜਿਹੜਾ, ਉੱਥੇ ਪਾਣੀ ਪਾਉਣ ਡੇ। ਹਾਂ, ਅਤੇ ਇਹਨੂੰ ਦੋ ਤਿੰਨ ਵਾਰੀ ਮੈਂ ਕਹਿੰਦੀ ਹੁਣ, ਅਤੇ ਦੋ ਤਿੰਨ ਵਾਰੀ ਸਵੇਰੇ ਆਉਂਦੇ, ਆਉਣ ਤੋਂ ਪਹਿਲਾਂ ਪਹਿਲਾਂ ਪਾਣੀ ਲੱਗੇ ਤਾਂ ਫਿਰ ਆਏ ਮੈਂ। ਅਸੀਂ ਇੱਧਰ ਉੱਧਰ ਤਾਂ ਆਈ ਜਾਂਦੇ ਨੇ, ਮੈਨੂੰ ਤਾਂ ਇਹਦਾ ਚੇਤਾ ਹੀ ਨਹੀਂ ਆਇਆ ਵੀ ਇਹਨੂੰ ਪਾਣੀ ਲਾਉਣਾ। ਅੱਛਾ, ਅੱਡਾ ਉਹ ਕਿੱਥੇ ਲਾਉਣਾ ਚਾਹੀਦਾ? ਇਹਦੇ ਵਿੱਚ ਹੀ ਕਹਿੰਦੇ ਸਾਨੂੰ ਚੁੱਕਣ ਚੱਕਣ ਦੀ ਆਸਾਨੀ ਰਹੂਗੀ। ਫਿਰ ਸਹੀ ਰੇਤ ਛਾਣ ਕੇ ਰੱਖ ਲਿਓ, ਪਤਾ ਕਿਉਂ? ਉਹ ਫਿਰ ਹੁਣ ਉਹਨੇ ਉਹ ਮਿਸਤਰੀ ਦੇ ਹਿਸਾਬ ਦਾ ਤੁਸੀਂ ਕਰੋਗੇ ਨਾ, ਅੱਲਾ ਖੈਰ ਕਰੇ, ਅੱਲਾ ਪਾਕ ਸੇਧ ਰੱਖੇ ਵੀ ਕਿੰਨਾ ਮਸਾਲਾ ਤਿਆਰ ਕਰਨਾ ਕਿੰਨਾ ਨਹੀਂ ਕਰਨਾ। ਹਾਂ ਸਹੀ ਹੈ, ਗਰਮੀ ਬਹੁਤ ਆ ਅਤੇ ਪਿਆਰੇ ਭੈਣ ਭਰਾਵੋ ਦੁਆ ਕਰੋ। ਹਾਂ ਐਰੇ ਦੀ ਤਰਾਈ ਹੋਣ ਡਈ ਆ, ਅਤੇ ਉਹ ਗਏ ਵੀ ਸੀਗੇ ਬਰਾਂਡੇ ਦਾ ਡਿਜ਼ਾਇਨ ਵੇਖਣ, ਉਹ ਟੋਟਾ ਨਹੀਂ ਪਾ ਲਿਆ। ਚਲੋ ਅੱਲਾ ਖੈਰ ਕਰੇ ਭੈਣ ਭਰਾ, ਫਿਰ ਵੀਡੀਓ ਵੀ ਤੋਜੋ ਨਾ ਵੇਖਣਗੇ ਨਾ ਜਦੋਂ ਡਿਜ਼ਾਇਨ ਦੇਖਿਓ ਅਤੇ ਅਸੀਂ ਕਿੱਦਾਂ ਡਿਜ਼ਾਇਨ ਬਣਾਉਂਦੇ ਹਾਂ ਬਰਾਂਡੇ ਦਾ। ਸਹੀ, ਕਮੈਂਟ ਵੀ ਲਾਜ਼ਮੀ ਕਰਨਾ ਕਿ ਆਹ ਸਹੀ ਹੈ ਡਿਜ਼ਾਇਨ। ਹੁਣ ਤੁਸੀਂ ਦੇਖ ਲਓ, ਤੁਸੀਂ ਨਾ ਸਫੈਦ ਸਲਵਾਰ ਦਾ ਬੇੜਾ ਗਰਕ ਕਰ ਦਿੱਤਾ ਸਾਰਾ, ਉਹ ਚਿੱਟੇ ਜਿਹੇ ਪੈ ਪੈ ਕੇ ਨਾ ਸਾਰੀ ਸਲਵਾਰ ਥੱਲੋਂ ਖਰਾਬ ਹੋ ਗਈ ਪਹੁੰਚਿਆ ਤੋਂ। ਹਾਂਜੀ ਚੌਧਰੀ ਸਾਹਿਬ, ਤੁਸੀਂ ਪਹੁੰਚ ਗਏ? ਹੁਣ ਸੋਚੀਏ, ਪਤਾ ਸੋਚਾਂ ਕੀ ਆ। ਹਾਂ ਹੁਣ ਅੱਡੇ ਦਾ ਸੋਚੀਏ, ਅੱਡੇ ਦਾ ਇੱਟਾਂ ਜਿਹੜੀਆਂ ਪਈਆਂ ਨਾ ਪੁਰਾਣੀਆਂ, ਇਹਨੂੰ ਇਹ ਅੱਡਾ ਬਣਨਾ ਔਖਾ ਹੋ ਜਾਣਾ, ਪਤਾ ਕਿਵੇਂ? ਉੱਤੇ ਸੀਮੈਂਟ ਲੱਗਾ ਵਾ ਅਤੇ ਮੈਂ ਕਹਿੰਦੀ ਨਵੀਆਂ ਨਾ ਲਾਈਏ, ਇਹੀ ਲਾ ਕੇ ਇਹਨਾਂ ਨੂੰ ਤਰ ਕਰੋਗੇ ਉੱਤੋਂ ਤਰ ਕਰ ਲਵਾਂਗੇ ਜੀ। ਅੱਛਾ ਜੀ, ਬਾਕੀ ਸਾਰੀ ਤਰਾਈ ਲੱਗ ਗਈ ਆ ਇੱਟਾਂ ਨੂੰ ਵੀ, ਆਹ ਚੈੱਕ ਕਰ ਲਓ ਜੀ, ਇਹ ਵੀ ਸਾਫ਼ ਸੁਥਰੀਆਂ ਹੋਈਆਂ ਪਈਆਂ, ਯਾਨੀ ਕਿ ਤਰਾਈ ਹੈ, ਕੰਧ ਉੱਤੇ ਵੀ ਕੰਧ ਆਉਣੀ, ਇੱਥੇ ਵਿੰਡੋ ਆਉਣੀ, ਉਸ ਪਰਲੇ ਪਾਸੇ ਨਾ ਉਹ ਜਗ੍ਹਾ ਜਿੱਥੇ ਉਹ ਜਾਲੀਆਂ ਜਿਹੀਆਂ ਬਣਾਈਆਂ ਉੱਥੇ ਵਿੰਡੋ ਆਉਣੀ, ਇੱਥੇ ਵਿੰਡੋ ਵੀ ਲਾਉਣੀ ਪੈਣੀ, ਅਤੇ ਉਹ ਵੀ ਆਈ ਪਈ ਅੱਲਾ ਖੈਰ ਕਰੇ, ਛੋਟੀ ਹੈ ਵੱਡੀ ਨਹੀਂ ਹੈਗੀ, ਅਤੇ ਆਹ ਜਿਹੜੇ ਐਰੇ ਆ ਇਹਨਾਂ 'ਤੇ ਪਾਣੀ ਮੁਕੰਮਲ ਤੌਰ 'ਤੇ ਪਾਉਣਾ ਤਾਂ ਕਿ ਨਾ ਸੀਮਟ ਨਾ ਪਕੜ ਕਰ ਜਾਵੇ ਥੱਲੇ ਵੀ, ਅਤੇ ਅੱਡਾ ਬਣਾਉਣਾ ਸੀਮਟ ਵਾਲਾ ਉਹ ਵੀ ਬਣਾਉਣਾ ਹਜੇ, ਅਤੇ ਸਾਰੇ ਹਜੇ ਕੰਮ ਕਰਨ ਵਾਲੇ ਪਏ, ਸਵੇਰੇ ਮਿਸਤਰੀ ਨੇ ਆਉਣਾ ਆ, ਅੱਜ ਆਉਣਾ ਸੀ ਲੇਕਿਨ ਅੱਜ ਉਹ ਮੇਲੇ ਦੀ ਕਰਕੇ ਨਾ ਮਿਸਤਰੀ ਨਹੀਂ ਆ ਸਕਿਆ, ਅਤੇ ਇਸ ਕਰਕੇ ਅੱਲਾ ਖੈਰ ਖੈਰ ਮੁਬਾਰਕ, ਖੈਰ ਮੁਬਾਰਕ ਸਾਰਿਆਂ ਨੂੰ ਮੇਰੀ ਤਰਫੋਂ ਵੀ, ਬਿਲਕੁਲ ਜੀ।
ਸਾਡੇ ਹੌਸਲੇ ਬਣਾਈ ਰੱਖੇ ਤੇ ਅਸੀਂ ਕੈਮਰੇ ਤੇ ਅੱਲਾ ਪਾਕ ਦੀ ਜਾਤ ਸਭ ਦੀਆਂ ਖਾਸ਼ਾ ਬਰਾਦਾ ਪੂਰੀਆਂ ਕਰੇ ਅੱਲਾ ਤਾਲਾ ਸਭ ਨੂੰ ਆਪਣਾ ਘਰ ਦੇਵੇ ਤੇ ਆਪਣੇ ਘਰ ਵਰਗੀ ਰੀਸੀ ਵੀ ਪੈਂਟ ਪਾਵੋ ਤੇ ਅੱਲਾ ਪਾਕ ਤੰਦਰੁਸਤੀ ਦੇਵੇ ਤੇ ਹੁਣ ਅਸੀਂ ਤਰਾਈ ਲਾਉਂਦੇ ਹਾਂ ਤੇ ਅੱਛਾ ਜੀ ਹੁਣ ਵਾਰੀ ਆ ਗਈ ਅੱਡੇ ਦੀ ਯਾਨੀ ਕਿ ਸੀਮਿੰਟ ਬਣਾਉਣ ਵਾਸਤੇ ਅੱਡਾ ਬਣਾਉਣਾ ਉਹ ਲੱਗੇ ਹੁਣ ਬਣਾਉਣ ਅਤੇ ਸੁਬਹਾ ਸੁਬਹਾ ਇਨਸ਼ਾਅੱਲਾ ਮਿਸਤਰੀ ਨੇ ਆ ਜਾਣਾ ਫਿਰ ਸੁਬਹਾ ਸੁਬਹਾ ਅੱਡਾ ਬਣਾਵਾਂਗੇ ਜਾਂ ਸੀਮਿੰਟ ਬਣਾਵਾਂਗੇ ਇਸ ਕਰਕੇ ਅਸੀਂ ਆਖਿਆ ਚਲੋ ਟਾਈਮ ਨਾਲ ਨਾ ਪਹਿਲੋਂ ਪਹਿਲੋਂ ਅੱਡਾ ਬਣ ਜਾਊਗਾ ਅੱਡੇ ਉੱਤੇ ਪਾਣੀ ਤਾਂ ਮਾਰ ਕੇ ਨਾ ਉੱਤੇ ਰੇਤ ਪਾ ਦਿਆਂਗੇ ਯਾਨੀ ਕਿ ਅੱਡਾ ਫਰੈਸ਼ ਹੋ ਜਾਏਗਾ ਅਤੇ ਫਿਰ ਇਨਸ਼ਾਅੱਲਾ ਸਵੇਰੇ ਆਪਣਾ ਕੰਮ ਸਟਾਰਟ ਕਰ ਦਾਂਗੇ ਅੱਜ ਤੁਸੀਂ ਹੇਅਰ ਸਟਾਈਲ ਇੰਨਾ ਪਿਆਰਾ ਬਣਾਇਆ ਹੋਇਆ ਨਾ ਮੈਂ ਕਹਿੰਦੀ ਕੈਮਰਾ ਤੇਰੇ ਵਾਲਾਂ ਤੇ ਰੱਖਾਂ ਮੈਂ ਨਹੀਂ ਬਣਾਇਆ ਇਹ ਆਪਣੇ ਆਪ ਹੀ ਬਣਿਆ ਚਲੋ ਜੀ ਹੋ ਗਿਆ ਕੰਮ ਫਿਰ ਤੁਹਾਡਾ ਮਿਸਤਰੀ ਆ ਗਿਆ ਸੁਭਾਨ ਬੜਾ ਓ ਲੈ ਵੀ ਸੁਭਾਨ ਬੜਾ ਖੁਸ਼ ਨੱਚਣ ਡਿਆ ਖੁਸ਼ੀ ਨਾਲ ਮਾਸ਼ਾਅੱਲਾ ਤੁਹਾਡਾ ਅੱਡਾ ਤਿਆਰ ਹੋ ਗਿਆ ਅਤੇ ਤਰਾਈ ਜਿਹੜੀ ਹੈ ਨਾ ਐਰੇ ਦੀ ਦੁਬਾਰਾ ਫਿਰ ਜਾ ਰਹੀ ਆ ਅਤੇ ਹੁਣੇ ਅੱਡਾ ਬਣਾ ਕੇ ਹਟੇ ਸੀ ਉੱਤੇ ਪਾਈ ਰੇਤ ਇਹ ਦੇਖ ਲਓ ਜੀ ਮਾਸ਼ਾਅੱਲਾ ਮਾਸ਼ਾਅੱਲਾ ਹਾਂਜੀ ਕੰਮ ਅੱਲਾ ਖੈਰ ਕਰੇ ਅੱਡੇ ਵਾਲਾ ਵੀ ਹੋ ਗਿਆ ਹੁਣ ਹਾਂਜੀ ਸਹੀ ਹੈ ਅਤੇ ਬਸ ਦੁਆ ਕਰੋ ਅੱਲਾ ਖੈਰ ਕਰੇ ਹਾਂਜੀ ਅੱਲਾ ਪਾਕ ਸਭ 'ਤੇ ਖੈਰ ਰੱਖੇ ਇਰਦ ਗਿਰਦ ਭੈਣਾਂ ਭਰਾਵਾਂ 'ਤੇ ਦੇਖਣ ਵਾਲਿਆਂ 'ਤੇ ਦੁਆ ਕਰਨ ਵਾਲਿਆਂ 'ਤੇ ਸਪੋਰਟ ਕਰਨ ਵਾਲਿਆਂ 'ਤੇ ਅੱਲਾ ਪਾਕ ਸਭ 'ਤੇ ਆਪਣਾ ਰਹਿਮੋ ਕਰਮ ਕਰੇ ਅਤੇ ਸਭ ਨੇ ਜ਼ਿਆਦਾ ਤੋਂ ਜ਼ਿਆਦਾ ਦੁਆ ਕਰਨੀ ਆ ਜਿਸ ਤਰ੍ਹਾਂ ਕਿ ਤੁਸੀਂ ਸਾਡੀ ਦੁਆਵਾਂ 'ਚ ਰਹਿੰਦੇ ਹੋ ਹਰ ਵਕਤ ਅਤੇ ਠੀਕ ਹੋ ਗਿਆ ਅੱਲਾ ਖੈਰ ਕਰੇ ਤੁਸੀਂ ਹੁਣ ਆਪਣਾ ਕੰਮ ਜਾਰੀ ਸਾਰੀ ਰੱਖੋ ਅਤੇ ਮੈਂ ਚੱਲਦੀ ਹਾਂ ਘਰ ਜਾ ਕੇ ਆਪਣੇ ਖਾਣ ਪਕਾਉਣ ਦੇ ਬਾਰੇ ਸੋਚਦੇ ਹਾਂ ਅਤੇ